ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਨੂੰ ਆਏ ਯੂਕਰੇਨ ਦੇ 4 ਵਿਦਿਆਰਥੀਆਂ ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ। ਇਹਨਾਂ 4 ਵਿਦਿਆਰਥੀਆਂ ਨੇ ਪੰਥਕ ਪਰਿਵਾਰ ਦਾ ਅੰਗ ਬਣਨ ਮਗਰੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੋੜਾ ਸਿੰਘਾਂ ਨੇ ਦੱਸਿਆ ਕਿ ਇਹ ਵਿਦਿਆਰਥੀ ਚਾਈਨਾ ਵਿਖੇ ਸਟੱਡੀ ਕਰ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਵਿਖੇ ਪ੍ਰਸ਼ਾਦ ਛਕਣ ਸਮੇਂ ਬੇਹੱਦ ਪ੍ਰਭਾਵਿਤ ਹੋਏ। ਉਹਨਾਂ ਦੱਸਿਆ ਕਿ 1 ਮਹੀਨਾ ਪਹਿਲਾਂ ਇਹ 4 ਵਿਦਿਆਰਥੀ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਸਨ ਅਤੇ ਇਹਨਾਂ ਨੇ ਸਿੱਖ ਧਰਮ ਬਾਰੇ ਜਾਣਨ ਦੀ ਇੱਛਾ ਜ਼ਾਹਰ ਕੀਤੀ ਸੀ। ਸਿੱਖ ਧਰਮ ਬਾਰੇ ਚਾਨਣ ਮਗਰੋਂ ਇਹਨਾਂ ਨੇ ਖੁਦ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਰ ਕੀਤੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਅੰਮ੍ਰਿਤਪਾਨ ਕੀਤਾ। ਅੱਜ ਯੂਕਰੇਨ ਤੋਂ ਇਹ 4 ਜਿਹੜੇ ਵਿਦਿਆਰਥੀ ਨੇ ਚਾਈਨਾ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ, ਇਹ ਅੰਮ੍ਰਿਤਸਰ ਸਾਹਿਬ ਆਏ ਸੀ ਗੱਤਕਾ ਸਿੱਖਣ ਵਾਸਤੇ 1 ਮਹੀਨਾ ਪਹਿਲਾਂ। ਪਰ ਸਿੱਖ ਧਰਮ ਦੇ ਸਿਧਾਂਤਾਂ ਤੋਂ, ਸਿੱਖ ਧਰਮ ਦੀ ਆਈਡਿਆਲੋਜੀ ਤੋਂ, ਸਿੱਖ ਧਰਮ ਦੀ ਵਿਚਾਰਧਾਰਾ ਤੋਂ ਅਤੇ ਗੁਰਬਾਣੀ ਦੇ ਗਿਆਨ ਤੋਂ ਇਤਨੇ ਪ੍ਰਭਾਵਿਤ ਹੋਏ ਨੇ ਕਿ ਇਹਨਾਂ ਨੇ ਸਵੈ ਇੱਛਾ ਦੇ ਨਾਲ ਸਿੱਖ ਧਰਮ ਜਿਹੜਾ ਉਹ ਪ੍ਰਵਾਨ ਕੀਤਾ ਅਤੇ ਗੁਰੂ ਦੀ ਬਖਸ਼ਿਸ਼ ਗੁਰੂ ਪੰਥ ਦੇ ਮੈਂਬਰ ਬਣੇ ਨੇ ਅੰਮ੍ਰਿਤ ਛੱਕ ਕੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ। ਇਹਦੇ ਵਿੱਚ ਸਾਡੇ ਜਿਹੜੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆ ਉਹਦੇ ਵਿੱਚ ਰਹਿ ਕੇ ਇਹਨਾਂ ਨੇ ਗੱਤਕਾ ਸਿੱਖਿਆ, ਉੱਥੋਂ ਦੇ ਟੀਚਰਾਂ ਨੇ ਅਤੇ ਖਾਸ ਕਰਕੇ ਉੱਥੋਂ ਦੀ ਪ੍ਰਿੰਸੀਪਲ ਭੈਣ ਜੀ ਪ੍ਰੋਫੈਸਰ ਮਨਜੀਤ ਕੌਰ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇਹਨਾਂ ਨੇ ਇਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਅਜੇ ਅੰਮ੍ਰਿਤ ਨਾ ਛਕੋ, ਪਰ ਇਹਨਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਸਿੱਖ ਧਰਮ ਨੂੰ ਪ੍ਰਵਾਨ ਕੀਤਾ ਅਤੇ ਸਿੱਖ ਧਰਮ ਦੀ ਜਿਹੜੀ ਵਿਚਾਰਧਾਰਾ ਵਾ ਉੱਤੇ ਚੱਲਣ ਦਾ ਪ੍ਰਣ ਕੀਤਾ। ਅੱਜ ਇੱਥੇ ਆਉਣ 'ਤੇ ਅਸੀਂ ਕੀਰਤ ਸਿੰਘ, ਕਰਨ ਸਿੰਘ ਅਤੇ ਕਵਲਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗੁਰੂ ਬਖਸ਼ ਜਿਹੜੀ ਸਿਰੋਂ ਪਾ ਉਹਦੀ ਬਖਸ਼ਿਸ਼ ਕੀਤੀ ਆ ਅਤੇ ਇੱਕ ਇੱਕ ਕਿਤਾਬਾਂ ਦਾ ਸੈੱਟ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਮੈਂ ਸਮਝਦਾ ਕਿ ਸਿੱਖ ਧਰਮ ਦੀ ਵਿਚਾਰਧਾਰਾ ਨੂੰ, ਸਿੱਖੀ ਦੀ ਖੁਸ਼ਬੂਈ ਨੂੰ ਫੈਲਾਉਣ ਵਿੱਚ ਇਹ ਬਹੁਤ ਵੱਡਾ ਸਾਧਨ ਬਣੇਗਾ। ਸਾਡੇ ਬੱਚਿਆਂ ਨੂੰ ਵੀ, ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਤਾਂ ਕਿ ਅਸੀਂ ਸਿੱਖੀ ਦੇ ਮਾਰਗ 'ਤੇ ਚੱਲ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਹੈਲੋ ਟੂ ਐਵਰੀਵਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਕਚੁਅਲੀ ਵੀ ਕੇਮ ਟੂ ਅੰਮ੍ਰਿਤਸਰ ਟੂ ਫਾਈਂਡ ਦ ਵੇ ਇਨ ਆਵਰ ਲਾਈਫ ਟੂ ਪਾਥ, ਐਂਡ ਵੀ ਆਰ ਸੋ ਹੈਪੀ ਟੂ ਗੈਟ ਦਿਸ ਅਪਰਚੁਨਿਟੀ ਟੂ ਸਟੱਡੀ ਅਬਾਊਟ ਸਿੱਖੀਜ਼ਮ ਐਂਡ ਆਲਸੋ ਬਿਕਮ ਅ ਖਾਲਸਾ, ਐਂਡ ਵੀ ਵਿਲ ਫੋਲੋ ਫੋਰ ਦਿਸ ਰੂਲਸ, ਐਂਡ also we are thankful for all of what happened to us here in Amritsar and around Golden Temple, and this is the best experience. We totally go deep to religious environment, and every day we spend our time with the students who are studying in the Sikh Missionary College, and we have a lot of discussions, and we're talking about philosophy, and we also learn a lot about the Punjabi culture, and also learn some words. And I think it's better to next time when we come, we need to be ready and learn Punjabi language. So thank you, thank you to God. ਜਾਗਰਤੀ ਲੈਣ ਲਈ ਅੰਮ੍ਰਿਤਸਰ ਤੋਂ ਅਮਨ ਮਹਾਲ ਦੀ ਰਿਪੋਰਟ।